नवजम्मे बच्चियां नूं लै के केंद्र सरकार दा वड्डा फैसला आ चुका है। यानी कि जेकर किसी दे घर दे विच वी नवजम्मे बच्चे दा जन्म होया है ते उसदी जेकर तुसी रजिस्ट्रेशन करवाउण जा रहे हो तां खास तौर ते इह खबर तुहाडे लई है, क्योंकि हुण जिथे रजिस्ट्रेशन दे मौके माता पिता दा नाम ते पिता दा धर्म जाणिया जांदा सीगा ते उत्थे ही हुण इक वखरा कॉलम बना दित्ता गया जिस दे विच हुण माता दा धर्म भी लिखिया जाएगा। यानी कि माँ ते प्यो दोहां दा धर्म लिखिया जाएगा। केंद्र सरकार दे वल्लों नवां रूल लिआंदा गया है ते पुराने रूलां दे विच तब्दीली जिहड़ी है कर दित्ती गई है। तां जिस घर दे विच किलकारियां गूंजियां ने या किलकारियां गूंजण वालियां ने उहनां दे लई खास तौर ते खबर है। हालांकि इस खबर नूं वध तों वध शेयर जरूर कर देना ਤਾਂ ਜੋ ਹਰ ਇੱਕ ਮਾਤਾ ਪਿਤਾ ਤੱਕ ਇਹ ਖਬਰ ਪਹੁੰਚ ਸਕੇ ਜਿਨ੍ਹਾਂ ਦੇ ਘਰ ਦੇ ਵਿੱਚ ਕਿਲਕਾਰੀਆਂ ਜਾਂ ਨਵਜੰਮੇ ਬੱਚੇ ਦਾ ਜਨਮ ਹੋਣ ਵਾਲਾ ਹੈ। ਤਾਂ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜਿੱਥੇ ਪਿਓ ਦੇ ਧਰਮ ਦੇ ਨਾਲ ਨਾਲ ਮਾਤਾ ਦਾ ਧਰਮ ਲਿਖਿਆ ਜਾਵੇਗਾ ਉਸ ਕਾਲਮ ਦੇ ਵਿੱਚ, ਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਹੁਣ ਉਸ ਦੇ ਵਿੱਚ ਹੋਰ ਵੀ ਜ਼ਿਆਦਾ ਤਬਦੀਲੀ ਕਰ ਦਿੱਤੀ ਗਈ ਹੈ ਕਿ ਤੁਹਾਡਾ ਮੋਬਾਈਲ ਨੰਬਰ, ਤੁਹਾਡਾ ਆਧਾਰ ਕਾਰਡ ਨੰਬਰ, ਇਸ ਦੇ ਨਾਲ ਹੀ ਤੁਹਾਡੀ ਈਮੇਲ ਆਈਡੀ ਵੀ ਲਈ ਜਾਵੇਗੀ। ਯਾਨੀ ਕਿ 4 ਨਵੇਂ ਰੂਲ ਲਾਗੂ ਕੀਤੇ ਗਏ ਨੇ ਕੇਂਦਰ ਸਰਕਾਰ ਦੇ ਵੱਲੋਂ। ਪਹਿਲਾਂ ਇਹ ਲਾਗੂ ਕੀਤਾ ਗਿਆ ਕਿ ਪਿਓ ਦੇ ਧਰਮ ਦੇ ਨਾਲ ਨਾਲ ਹੁਣ ਮਾਤਾ ਦਾ ਧਰਮ ਵੀ ਜਿਹੜਾ ਉਸ ਰਜਿਸਟ੍ਰੇਸ਼ਨ ਦੇ ਵਿੱਚ ਲਿਖਿਆ ਜਾਵੇਗਾ। ਇਸ ਦੇ ਨਾਲ ਹੀ ਤੁਹਾਡਾ ਮੋਬਾਈਲ ਨੰਬਰ ਵੀ ਲਿਆ ਜਾਵੇਗਾ, ਤੁਹਾਡਾ ਆਧਾਰ ਕਾਰਡ ਨੰਬਰ ਵੀ ਤੇ ਤੁਹਾਡੀ ਈਮੇਲ ਆਈਡੀ ਵੀ ਲਈ ਜਾਵੇਗੀ ਉਸ ਰਜਿਸਟ੍ਰੇਸ਼ਨ ਦੇ ਮੌਕੇ। ਤਾਂ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਵੀ ਰਜਿਸਟ੍ਰੇਸ਼ਨ ਕਰਵਾਉਣ ਲਈ ਜਾਇਆ ਜਾਂਦਾ ਹੈ ਤੇ ਉਸ ਵਕਤ ਜੋ ਮਾਪੇ ਹੁੰਦੇ ਨੇ ਉਹ ਜਦੋਂ ਜਾਂਦੇ ਨੇ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਤਾਂ ਅੱਗੋਂ ਮਾਤਾ ਪਿਤਾ ਦਾ ਨਾਮ ਪੁੱਛਿਆ ਜਾਂਦਾ ਹੈ, ਪਿਤਾ ਦਾ ਧਰਮ ਪੁੱਛਿਆ ਜਾਂਦਾ ਹੈ। ਸਿਰਫ ਪਿਤਾ ਦਾ ਧਰਮ ਹੀ ਪੁੱਛਿਆ ਜਾਂਦਾ ਸੀਗਾ, ਪਰ ਹੁਣ ਕੇਂਦਰ ਸਰਕਾਰ ਨੇ ਇੱਕ ਨਵਾਂ ਬਦਲਾਅ ਲਿਆਂਦਾ ਹੈ, ਫੈਸਲਾ ਨਵਾਂ ਲਿਆਂਦਾ ਹੈ ਕਿ ਹੁਣ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪਿਓ ਦੇ ਧਰਮ ਦੇ ਨਾਲ ਨਾਲ ਹੁਣ ਮਾਤਾ ਦਾ ਧਰਮ ਵੀ ਲਿਖਿਆ ਜਾਵੇਗਾ ਉਸ ਰਜਿਸਟ੍ਰੇਸ਼ਨ ਦੇ ਵਿੱਚ, ਜਿਸ ਨੂੰ ਲੈ ਕੇ ਇੱਕ ਵੱਖਰਾ ਕਾਲਮ ਬਣਾ ਦਿੱਤਾ ਗਿਆ। ਨਾਲ ਦੇ ਨਾਲ ਤੁਹਾਡਾ ਮੋਬਾਈਲ ਨੰਬਰ ਵੀ ਲਿਖਿਆ ਜਾਵੇਗਾ, ਆਧਾਰ ਕਾਰਡ ਵੀ ਲਿਖਿਆ ਜਾਵੇਗਾ ਨੰਬਰ ਉਸਦਾ, ਤੇ ਈਮੇਲ ਆਈਡੀ ਵੀ ਲਿਖੀ ਜਾਵੇਗੀ। ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਹਾਲਾਂਕਿ ਇਸ ਖਬਰ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦੇਣਾ ਤਾਂ ਜੋ ਹਰ ਇੱਕ ਮਾਤਾ ਪਿਤਾ ਤੱਕ ਇਹ ਖਬਰ ਪਹੁੰਚ ਸਕੇ ਜਿਨ੍ਹਾਂ ਦੇ ਘਰ ਦੇ ਵਿੱਚ ਕਿਲਕਾਰੀਆਂ ਗੂੰਜਣ ਵਾਲੀਆਂ ਨੇ ਜਾਂ ਫਿਰ ਕਿਲਕਾਰੀਆਂ ਗੂੰਜ ਉੱਠੀਆਂ ਨੇ। ਤਾਂ ਅਹਿਮ ਖਬਰ ਹੈ ਕਿ ਹੁਣ ਨਵਜੰਮੇ ਬੱਚਿਆਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਨਵਾਂ ਫੈਸਲਾ ਲਿਆ ਕਿ ਪਿਓ ਦੇ ਧਰਮ ਦੇ ਨਾਲ ਨਾਲ ਹੁਣ ਮਾਤਾ ਦਾ ਧਰਮ ਵੀ ਉਸ ਰਜਿਸਟ੍ਰੇਸ਼ਨ ਦੇ ਵਿੱਚ ਲਿਖਿਆ ਜਾਵੇਗਾ। ਨਵਜੰਮੇ ਬੱਚਿਆਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ ਆ ਚੁੱਕਾ ਹੈ। ਯਾਨੀ ਕਿ ਜੇਕਰ ਕਿਸੇ ਦੇ ਘਰ ਦੇ ਵਿੱਚ ਵੀ ਨਵਜੰਮੇ ਬੱਚੇ ਦਾ ਜਨਮ ਹੋਇਆ ਤੇ ਉਸਦੀ ਜੇਕਰ ਤੁਸੀਂ ਰਜਿਸਟ੍ਰੇਸ਼ਨ ਕਰਵਾਉਣ ਜਾ ਰਹੇ ਹੋ ਤਾਂ ਖਾਸ ਤੌਰ ਤੇ ਇਹ ਖਬਰ ਤੁਹਾਡੇ ਲਈ ਹੈ, ਕਿਉਂਕਿ ਹੁਣ ਜਿੱਥੇ ਰਜਿਸਟ੍ਰੇਸ਼ਨ ਦੇ ਮੌਕੇ ਮਾਤਾ ਪਿਤਾ ਦਾ ਨਾਮ ਤੇ ਪਿਤਾ ਦਾ ਧਰਮ ਜਾਣਿਆ ਜਾਂਦਾ ਸੀਗਾ ਤੇ ਉੱਥੇ ਹੀ ਹੁਣ ਇੱਕ ਵੱਖਰਾ ਕਾਲਮ ਬਣਾ ਦਿੱਤਾ ਗਿਆ ਜਿਸ ਦੇ ਵਿੱਚ ਹੁਣ ਮਾਤਾ ਦਾ ਧਰਮ ਵੀ ਲਿਖਿਆ ਜਾਵੇਗਾ। ਯਾਨੀ ਕਿ ਮਾਂ ਤੇ ਪਿਓ ਦੋਹਾਂ ਦਾ ਧਰਮ ਲਿਖਿਆ ਜਾਵੇਗਾ। ਕੇਂਦਰ ਸਰਕਾਰ ਦੇ ਵੱਲੋਂ ਨਵਾਂ ਰੂਲ ਲਿਆਂਦਾ ਗਿਆ ਹੈ ਤੇ ਪੁਰਾਣੇ ਰੂਲਾਂ ਦੇ ਵਿੱਚ ਤਬਦੀਲੀ ਜਿਹੜੀ ਹੈ ਕਰ ਦਿੱਤੀ ਗਈ ਹੈ। ਤਾਂ ਜਿਸ ਘਰ ਦੇ ਵਿੱਚ ਕਿਲਕਾਰੀਆਂ ਗੂੰਜੀਆਂ ਨੇ ਜਾਂ ਕਿਲਕਾਰੀਆਂ ਗੂੰਜਣ ਵਾਲੀਆਂ ਨੇ ਉਹਨਾਂ ਦੇ ਲਈ ਖਾਸ ਤੌਰ ਤੇ ਖਬਰ ਹੈ। ਹਾਲਾਂਕਿ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਹਰ ਇੱਕ ਮਾਤਾ ਪਿਤਾ ਤੱਕ ਇਹ ਖਬਰ ਪਹੁੰਚ ਸਕੇ ਜਿਨ੍ਹਾਂ ਦੇ ਘਰ ਦੇ ਵਿੱਚ ਕਿਲਕਾਰੀਆਂ ਜਾਂ ਨਵਜੰਮੇ ਬੱਚੇ ਦਾ ਜਨਮ ਹੋਣ ਵਾਲਾ ਹੈ। ਤਾਂ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜਿੱਥੇ ਪਿਓ ਦੇ ਧਰਮ ਦੇ ਨਾਲ ਨਾਲ ਮਾਤਾ ਦਾ ਧਰਮ ਲਿਖਿਆ ਜਾਵੇਗਾ ਉਸ ਕਾਲਮ ਦੇ ਵਿੱਚ, ਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਹੁਣ ਉਸ ਦੇ ਵਿੱਚ ਹੋਰ ਵੀ ਜ਼ਿਆਦਾ ਤਬਦੀਲੀ ਕਰ ਦਿੱਤੀ ਗਈ ਹੈ ਕਿ ਤੁਹਾਡਾ ਮੋਬਾਈਲ ਨੰਬਰ, ਤੁਹਾਡਾ ਆਧਾਰ ਕਾਰਡ ਨੰਬਰ, ਇਸ ਦੇ ਨਾਲ ਹੀ ਤੁਹਾਡੀ ਈਮੇਲ ਆਈਡੀ ਵੀ ਲਈ ਜਾਵੇਗੀ। ਯਾਨੀ ਕਿ 4 ਨਵੇਂ ਰੂਲ ਲਾਗੂ ਕੀਤੇ ਗਏ ਨੇ ਕੇਂਦਰ ਸਰਕਾਰ ਦੇ ਵੱਲੋਂ। ਪਹਿਲਾਂ ਇਹ ਲਾਗੂ ਕੀਤਾ ਗਿਆ ਕਿ ਪਿਓ ਦੇ ਧਰਮ ਦੇ ਨਾਲ ਨਾਲ ਹੁਣ ਮਾਤਾ ਦਾ ਧਰਮ ਵੀ ਜਿਹੜਾ ਉਸ ਰਜਿਸਟ੍ਰੇਸ਼ਨ ਦੇ ਵਿੱਚ ਲਿਖਿਆ ਜਾਵੇਗਾ। ਇਸ ਦੇ ਨਾਲ ਹੀ ਤੁਹਾਡਾ ਮੋਬਾਈਲ ਨੰਬਰ ਵੀ ਲਿਆ ਜਾਵੇਗਾ, ਤੁਹਾਡਾ ਆਧਾਰ ਕਾਰਡ ਨੰਬਰ ਵੀ ਤੇ ਤੁਹਾਡੀ ਈਮੇਲ ਆਈਡੀ ਵੀ ਲਈ ਜਾਵੇਗੀ ਉਸ ਰਜਿਸਟ੍ਰੇਸ਼ਨ ਦੇ ਮੌਕੇ। ਤਾਂ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਵੀ ਰਜਿਸਟ੍ਰੇਸ਼ਨ ਕਰਵਾਉਣ ਲਈ ਜਾਇਆ ਜਾਂਦਾ ਹੈ ਤੇ ਉਸ ਵਕਤ ਜੋ ਮਾਪੇ ਹੁੰਦੇ ਨੇ ਉਹ ਜਦੋਂ ਜਾਂਦੇ ਨੇ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਤਾਂ ਅੱਗੋਂ ਮਾਤਾ ਪਿਤਾ ਦਾ ਨਾਮ ਪੁੱਛਿਆ ਜਾਂਦਾ ਹੈ, ਪਿਤਾ ਦਾ ਧਰਮ ਪੁੱਛਿਆ ਜਾਂਦਾ ਹੈ। ਸਿਰਫ ਪਿਤਾ ਦਾ ਧਰਮ ਹੀ ਪੁੱਛਿਆ ਜਾਂਦਾ ਸੀਗਾ, ਪਰ ਹੁਣ ਕੇਂਦਰ ਸਰਕਾਰ ਨੇ ਇੱਕ ਨਵਾਂ ਬਦਲਾਅ ਲਿਆਂਦਾ ਹੈ, ਫੈਸਲਾ ਨਵਾਂ ਲਿਆਂਦਾ ਹੈ ਕਿ ਹੁਣ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪਿਓ ਦੇ ਧਰਮ ਦੇ ਨਾਲ ਨਾਲ ਹੁਣ ਮਾਤਾ ਦਾ ਧਰਮ ਵੀ ਲਿਖਿਆ ਜਾਵੇਗਾ ਉਸ ਰਜਿਸਟ੍ਰੇਸ਼ਨ ਦੇ ਵਿੱਚ, ਜਿਸ ਨੂੰ ਲੈ ਕੇ ਇੱਕ ਵੱਖਰਾ ਕਾਲਮ ਬਣਾ ਦਿੱਤਾ ਗਿਆ। ਨਾਲ ਦੇ ਨਾਲ ਤੁਹਾਡਾ ਮੋਬਾਈਲ ਨੰਬਰ ਵੀ ਲਿਖਿਆ ਜਾਵੇਗਾ, ਆਧਾਰ ਕਾਰਡ ਵੀ ਲਿਖਿਆ ਜਾਵੇਗਾ ਨੰਬਰ ਉਸਦਾ, ਤੇ ਈਮੇਲ ਆਈਡੀ ਵੀ ਲਿਖੀ ਜਾਵੇਗੀ। ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ। ਹਾਲਾਂਕਿ ਇਸ ਖਬਰ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦੇਣਾ ਤਾਂ ਜੋ ਹਰ ਇੱਕ ਮਾਤਾ ਪਿਤਾ ਤੱਕ ਇਹ ਖਬਰ ਪਹੁੰਚ ਸਕੇ ਜਿਨ੍ਹਾਂ ਦੇ ਘਰ ਦੇ ਵਿੱਚ ਕਿਲਕਾਰੀਆਂ ਗੂੰਜਣ ਵਾਲੀਆਂ ਨੇ ਜਾਂ ਫਿਰ ਕਿਲਕਾਰੀਆਂ ਗੂੰਜ ਉੱਠੀਆਂ ਨੇ। ਤਾਂ ਅਹਿਮ ਖਬਰ ਹੈ ਕਿ ਹੁਣ ਨਵਜੰਮੇ ਬੱਚਿਆਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਨਵਾਂ
फैसला लिया है कि प्यो के धर्म के नाल नाल हुण माता का धर्म भी उस रजिस्ट्रेशन दे विच लिखिया जाएगा।